ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਕੋਪ ਦਰਮਿਆਨ ਸਿੱਖ ਭਾਈਚਾਰੇ ਵੱਲੋਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਲੋੜਵੰਦਾਂ ਦੀ ਮਦਦ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਮਹਾਮਾਰੀ ਦੇ ਇਸ ਖਤਰਨਾਕ ਰੂਪ ਦਰਮਿਆਨ ਜਿੱਥੇ ਹਰ ਕਿਸੇ ਨੂੰ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੀ ਹੀ ਚਿੰਤਾ ਸਤਾ ਰਹੀ ਹੈ, ਉੱਥੇ ਗੁਰੂ ਦੇਵ ਸਿੰਘ ਗੁਰੂਆਂ ਵੱਲੋਂ ਦਰਸਾਏ ਰਾਹ ਉੱਪਰ ਮਨੁੱਖਤਾ ਲਈ ਪੂਰੀ ਸਮਰਪਿਤ ਭਾਵਨਾ ਨਾਲ ਦਿਨ ਰਾਤ ਲੱਗੇ ਹੋਏ ਹਨ। ਕੈਨੇਡਾ ਚ ਪੈਰ ਪਸਾਰ ਰਹੇ ਕੋਰੋਨਾ ਦੇ ਪ੍ਰਕੋਪ ਦਰਮਿਆਨ ਜਿੱਥੇ ਲੋਕ ਰੋਜ਼ਮਰ੍ਹਾ ਦੀ ਲੋੜ ਦੇ ਸਮਾਨ ਨੂੰ ਖਰੀਦਣ ਵਿੱਚ ਮਾਰੋ ਮਾਰੀ ਵਰਤ ਰਹੇ ਹਨ, ਘਰਾਂ ਨੂੰ ਸਮਾਨ ਦੇ ਸਟੋਰ ਵਿੱਚ ਬਦਲ ਦਿੱਤਾ ਗਿਆ ਹੈ, ਤਾਂ ਇਸ ਦਰਮਿਆਨ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਕੋਲ ਰੋਜ਼ਾਨਾ ਲੋੜ ਦੇ ਸਮਾਨ ਦੀ ਦਿੱਕਤ ਹੈ, ਤਾਂ ਉਹਨਾਂ ਦੀ ਬਾਂਹ ਯੂਨਾਈਟਿਡ ਸਿੱਖ ਨਾਮੀ ਜਥੇਬੰਦੀ ਨੇ ਫੜੀ ਹੈ। ਇਹ ਸਿੱਖ ਸੰਸਥਾ ਵੱਲੋਂ ਇੱਕ ਫੂਡ ਬੈਂਕ ਬਣਾਇਆ ਗਿਆ ਹੈ ਅਤੇ ਲੋੜਵੰਦਾਂ ਤੱਕ ਇਹ ਖਾਣਾ ਪਹੁੰਚਾਇਆ ਜਾ ਰਿਹਾ ਹੈ। ਯੂਨਾਈਟਿਡ ਸਿੱਖ ਦਾ ਕਹਿਣਾ ਹੈ ਕਿ ਲੋਕ ਇਸ ਤਰ੍ਹਾਂ ਪੈਨਿਕ ਕ੍ਰੀਏਟ ਨਾ ਕਰਨ ਅਤੇ ਜਿਸ ਤਰ੍ਹਾਂ ਚੀਜ਼ਾਂ ਖਰੀਦ ਕੇ ਸਟੋਰ ਕਰ ਰਹੇ ਹਨ, ਇਸ ਨਾਲ ਜ਼ਰੂਰੀ ਚੀਜ਼ਾਂ ਦਾ ਸਟਾਕ ਖਤਮ ਹੋ ਰਿਹਾ ਹੈ ਅਤੇ ਲੋੜਵੰਦ ਇਹਨਾਂ ਤੋਂ ਮਹਿਰੂਮ ਹਨ। ਸੰਸਥਾ ਦੇ ਮੈਂਬਰ ਹਰਮੀਤ ਸਿੰਘ ਮੁਤਾਬਕ ਇੱਕ ਪਾਸੇ ਜਿੱਥੇ ਲੋਕ ਧੜੱਲੇ ਨਾਲ ਸਮਾਨ ਖਰੀਦ ਕੇ ਆਪਣੇ ਘਰ ਭਰ ਰਹੇ ਹਨ, ਤਾਂ ਇਸ ਦਰਮਿਆਨ ਕੁਝ ਪਰਿਵਾਰ ਅਜਿਹੇ ਵੀ ਹਨ ਜੋ ਇਹ ਸਭ ਨਹੀਂ ਕਰ ਪਾ ਰਹੇ। ਸੋ ਇਹਨਾਂ ਪਰਿਵਾਰਾਂ ਲਈ ਹੁਣ ਯੂਨਾਈਟਿਡ ਸਿੱਖ ਅੱਗੇ ਆਇਆ ਹੈ। ਫੂਡ ਬੈਂਕ ਜ਼ਰੀਏ ਡੱਬਾ ਬੰਦ ਖਾਣਾ, ਹੋਰ ਸਾਜੋ ਸਮਾਨ, ਦਵਾਈਆਂ ਲੋੜਵੰਦਾਂ ਤੱਕ ਮੁਫ਼ਤ ਪਹੁੰਚਾਈਆਂ ਜਾ ਰਹੀਆਂ ਹਨ। ਸੰਸਥਾ ਦੇ CEO ਜਗਦੀਪ ਸਿੰਘ ਨੇ ਕਿਹਾ ਕਿ ਉਮਰ ਦਰਾਜ ਲੋਕ, ਬੱਚੇ ਅਤੇ ਲੋੜਵੰਦ ਲੋਕ ਇਸ ਤੋਂ ਵੱਧ ਪ੍ਰਭਾਵਿਤ ਹਨ। ਇਹ ਉਹਨਾਂ ਦੀ ਮਦਦ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ ਸਾਡੀ ਇਸ ਕੋਸ਼ਿਸ਼ ਵਿੱਚ ਸਮਰੱਥ ਲੋਕ ਆਪਣਾ ਯੋਗਦਾਨ ਪਾ ਸਕਦੇ ਹਨ, ਉਹ ਖੁੱਲ੍ਹ ਕੇ ਅੱਗੇ ਆਉਣ। ਇਹ ਇੱਕ ਮੁਫ਼ਤ ਐਮਰਜੈਂਸੀ ਫੂਡ ਬੈਂਕ ਹੈ ਅਤੇ ਜੋ ਲੋਕ ਪੈਸੇ ਪੱਖੋਂ ਸਮਰੱਥ ਹਨ, ਉਹ ਆਮ ਲੋਕਾਂ ਦੀ ਮਦਦ ਲਈ ਸਥਾਪਿਤ ਕੀਤੇ ਇਸ ਫੂਡ ਬੈਂਕ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਜ਼ਿਕਰੇ ਖਾਸ ਹੈ ਕਿ ਅਮਰੀਕਾ ਦੇ ਨਿਊਯਾਰਕ ਵਿੱਚ ਵੀ ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਤੱਕ ਘਰ ਘਰ ਲੰਗਰ ਪੈਕ ਕਰਕੇ ਪਹੁੰਚਾਇਆ ਜਾ ਰਿਹਾ ਹੈ ਅਤੇ ਆਸਟ੍ਰੇਲੀਆ ਸਮੇਤ ਨਿਊਜ਼ੀਲੈਂਡ ਅਤੇ ਜਿੱਥੇ ਜਿੱਥੇ ਸਿੱਖ ਭਾਈਚਾਰਾ ਵਸਿਆ ਹੈ, ਉਹ ਇਸ ਵਿਪਤਾ ਦੀ ਘੜੀ ਵਿੱਚ ਮਨੁੱਖਤਾ ਲਈ ਅੱਗੇ ਆਇਆ ਹੈ। ਮੈਲਬੋਰਨ ਵਿੱਚ ਸਿੱਖ ਵਲੰਟੀਅਰ ਵੱਲੋਂ ਅਗਲੇ 2 ਹਫ਼ਤਿਆਂ ਤੱਕ ਖੁਦ ਨੂੰ ਅਲੱਗ ਥਲੱਗ ਰੱਖੀ ਬੈਠੇ ਲੋਕਾਂ ਤੱਕ ਮੁਫ਼ਤ ਖਾਣਾ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਚੈਰਿਟੀ ਫਾਊਂਡਰ ਜਸਵਿੰਦਰ ਸਿੰਘ ਮੁਤਾਬਕ, ਪਹਿਲੀ ਰਾਤ ਹੀ ਸਾਨੂੰ 300 ਤੋਂ ਵੱਧ ਆਰਡਰ ਮਿਲੇ। ਇਹ ਸੰਸਥਾ 2017 ਵਿੱਚ ਉਹਨਾਂ ਵੱਲੋਂ ਬਣਾਈ ਗਈ ਸੀ ਅਤੇ ਹੁਣ ਤੱਕ 103 ਮੈਂਬਰ ਇਸ ਨਾਲ ਸਿੱਧੇ ਜੁੜੇ ਹੋਏ ਹਨ, ਜੋ ਇਸ ਵੇਲੇ ਕੋਰੋਨਾ ਵਾਇਰਸ ਦੇ ਹਾਲਾਤਾਂ ਨਾਲ ਨਜਿੱਠਣ ਲਈ ਦਿਨ ਰਾਤ ਸੰਸਥਾ ਵੱਲੋਂ ਲੱਗੇ ਹੋਏ ਹਨ ਅਤੇ ਲੋੜਵੰਦਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ। ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।